ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਬੈੱਲ ਆਈਕਨ ਦੱਬਣਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪ ਜਗਦੀਪ ਇੱਕ ਨਵੀਂ ਕਲਮ ਦੇ ਨਾਲ ਹਾਜ਼ਰ ਹਾਂ ਜੀ। ਦੋਸਤੋ, ਅੱਜ ਮੈਂ CKT ਬਰਾੜ ਹੋਰਾਂ ਦੀ ਲਿਖੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ। ਅਗਰ ਤੁਸੀਂ ਵੀ ਕੋਈ ਆਪਣੀ ਰਚਨਾ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਈਮੇਲ ਕਰੋ। ਤਾਂ ਪੇਸ਼ ਹੈ ਅੱਜ ਦੀ ਰਚਨਾ। ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ, ਉੱਦਾਂ ਟਾਈਮ ਜਿਹਾ ਨਹੀਂ ਕੱਢਿਆ ਕਦੇ ਬਹੁਤੇ ਕੰਮਾਂ ਵਾਲੇ ਨੇ। ਕਹਿੰਦਾ ਕੰਮ 'ਚ ਕਦੋਂ ਰਾਤ ਹੁੰਦੀ ਕਦੋਂ ਦਿਨ ਹੁੰਦਾ ਪਤਾ ਹੀ ਨਹੀਂ ਲੱਗਦਾ। ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ, ਬਸ ਗੱਲ ਕੀਤੇ ਬਿਨਾਂ ਰਹਿ ਲੈਂਦਾ ਹੈ ਕਈ ਕਈ ਦਿਨ। ਕਹਿੰਦਾ ਹੋਰ ਵੀ ਬਥੇਰੀਆਂ ਜ਼ਿੰਮੇਵਾਰੀਆਂ। ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ, ਬਸ ਮੈਨੂੰ ਕਹਿੰਦਾ ਖੁਸ਼ ਰਿਹਾ ਕਰ ਆਪਣੇ ਮਾਪਿਆਂ ਨਾਲ, ਪਰ ਕਈ ਵਾਰੀ ਚਾਅ ਜਿਹੇ ਨਾਲ ਮੈਨੂੰ ਬਰਾੜਾਂ ਦੀ ਨੂੰਹ ਕਹਿ ਲੈਂਦਾ। ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ, ਪਰ ਮੈਨੂੰ ਕਈ ਵਾਰੀ ਕਹਿ ਹਟਿਆ ਕਿ ਬਹੁਤਾ ਦਿਲ 'ਤੇ ਨਾ ਲਾਇਆ ਕਰ, ਕਿਸਮਤ ਦਾ ਕੀ ਪਤਾ ਕਿੱਧਰ ਨੂੰ ਲੈ ਜਾਏ। ਖੈਰ ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ, ਪਰ ਕਦੀ ਕਦੀ ਕਹਿੰਦਾ ਆਪਾਂ ਇਕੱਠੇ ਜ਼ਿੰਦਗੀ ਨਹੀਂ ਹੰਢਾ ਸਕਦੇ, ਕੁਝ ਤੇਰੀਆਂ ਮਜਬੂਰੀਆਂ ਅਤੇ ਕੁਝ ਮੇਰੀਆਂ ਮਜਬੂਰੀਆਂ ਨੇ ਖਾ ਲੈਣਾ ਪਿਆਰ ਸਾਡਾ, ਤੂੰ ਆਪਦੇ ਘਰ ਅਤੇ ਮੈਂ ਆਪਦੇ ਘਰ, ਆਪਾਂ ਇੱਦਾਂ ਹੀ ਇਸ਼ਕ ਹੰਢਾ ਲੈਣਾ। ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ, ਬਾਕੀ ਉਹਨੂੰ ਪਤਾ ਹੈ, ਮੈਨੂੰ ਤਾਂ ਲੱਗਦਾ ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ, ਉਵੇਂ ਦੀ ਤਾਂ ਕੋਈ ਗੱਲ ਨਹੀਂ ਹੈ, ਪਿਆਰ ਤਾਂ ਬਹੁਤ ਕਰਦਾ ਹੈ। ਦੋਸਤੋ, ਇਹ ਸੀ ਸਾਡੀ ਅੱਜ ਦੀ ਲਿਖਤ, ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਦੋਸਤੋ, ਅਗਲੀ ਵਾਰੀ ਫਿਰ ਇੱਕ ਨਵੇਂ ਰੰਗ ਦੇ ਨਾਲ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।